ਬਲਾਕ ਔੜ ਵਿਖੇ ਰਾਜ ਕੁਮਾਰ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਸਾਨਾਂ ਲਈ ਇੱਕ ਖੇਤੀ ਮਸ਼ੀਨਾਂ ਨੂੰ ਲੈ ਕੇ ਪ੍ਰਦਰਸ਼ਨੀ ਲਾਈ ਅਤੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਜਿਹੜੀ ਝੋਨੇ ਦੀ ਪ੍ਰਣਾਲੀ ਆ ਉਸ ਨੂੰ ਅੱਗ ਨਾ ਲਾਓ। ਇਸ ਦੇ ਨਾਲ ਇੱਕ ਤਾਂ ਵਾਤਾਵਰਨ ਗੰਧਲਾ ਹੁੰਦਾ ਅਤੇ ਦੂਸਰਾ ਤੁਹਾਡੇ ਜਿਹੜੇ ਮਿੱਤਰ ਕੀੜੇ ਹਨ ਕਿਸਾਨਾਂ ਦੇ ਮਿੱਤਰ ਕੀੜੇ ਉਹ ਵੀ ਅੱਗ ਨਾਲ ਸੜ ਕੇ ਸਮਾਪਤ ਹੋ ਜਾਂਦੇ ਹਨ। ਇਸ ਮੌਕੇ ਕਿਸਾਨਾਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ। ਇਸ ਮੌਕੇ ਡਾਕਟਰ ਲੇਖਰਾਜ ਖੇਤੀਬਾੜੀ ਅਫਸਰ ਔੜ ਅਤੇ ਹੋਰ ਕਿਸਾਨ ਵੀ ਹਾਜ਼ਰ ਸਨ। ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ, ਕਿਹਾ ਕਿ ਇਹ ਵੱਡੇ ਕਿਸਾਨ ਹੀ ਮਸ਼ੀਨਾਂ ਖਰੀਦ ਸਕਦੇ ਹਨ, ਛੋਟੇ ਕਿਸਾਨਾਂ ਨੂੰ ਇਹਨਾਂ ਦਾ ਕੋਈ ਲਾਭ ਨਹੀਂ, ਛੋਟੇ ਕਿਸਾਨ ਤਾਂ ਖਤਮ ਹੋਣ ਦੀ ਕਗਾਰ 'ਤੇ ਹਨ। ਮੈਂ ਰਾਜ ਕੁਮਾਰ, ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ। ਅੱਜ ਅਸੀਂ ਬਲਾਕ ਔੜ ਦੇ ਸਰਦਾਰ ਸ਼ਾਮ ਸਿੰਘ ਦੇ ਖੇਤਾਂ ਦੇ ਵਿੱਚ ਖੜ੍ਹੇ ਹਾਂ। ਇੱਥੇ ਅੱਜ ਅਸੀਂ ਸੁਪਰ ਸੀਡਰ ਦੇ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੀ ਜਿਹੜੀ ਹੈ ਕਣਕ ਦੀ ਬਿਜਾਈ ਕਰ ਰਹੇ ਹਾਂ। ਸਿੱਧੀ ਜਿਹੜੀ ਪ੍ਰਦਰਸ਼ਨੀ ਅਸੀਂ ਉਹ ਕਰਕੇ ਹਟੇ ਵੀ ਹੈ ਅਤੇ ਨਾਲ ਜਿਹੜਾ ਸਾਡਾ ਕਿਸਾਨ ਆ ਉਹ ਕਰ ਵੀ ਰਿਹਾ। ਅਤੇ ਇਹਦੇ ਵਿੱਚ ਕਿਉਂਕਿ ਸਾਡੇ ਜੇ ਦੇਖਿਆ ਜਾਵੇ ਤਾਂ ਜ਼ਿਲ੍ਹੇ ਦੇ ਵਿੱਚ ਲਗਭਗ 58,000 ਹੈਕਟੇਅਰ ਜਿਹੜਾ ਰਕਬਾ ਸਾਡਾ ਝੋਨੇ ਥੱਲੇ ਸੀਗਾ, ਜਿਹਦੇ ਵਿੱਚ ਮੈਕਸੀਮਮ ਏਰੀਆ ਜਿਹੜਾ ਸਾਡਾ ਔੜ ਬਲੋਕ ਦੇ ਵਿੱਚ ਸੀ। ਅਤੇ ਔੜ ਬਲੋਕ ਦੇ ਵਿੱਚ ਜਿਹੜੀ ਅਸੀਂ ਮਸ਼ੀਨਰੀ ਹੈ ਖੇਤ ਜਿਹੜੀ ਪਰਾਲੀ ਨੂੰ ਸੰਭਾਲਣ ਦੇ ਲਈ ਸਬਸਿਡੀ 'ਤੇ ਕਾਫੀ ਗਿਣਤੀ ਦੇ ਵਿੱਚ ਦਿੱਤੀ ਹੈ। ਲਗਭਗ 100 ਦੇ ਕਰੀਬ ਜਿਹੜੇ ਸੁਪਰ ਸੀਡਰ ਹੈ ਉਹ ਇਕੱਲੇ ਔੜ ਬਲੋਕ 'ਚ ਅਸੀਂ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੇ ਨੇ। ਕੁਛ ਹੈਪੀ ਸੀਡਰ ਵੀ ਦਿੱਤੇ ਨੇ, ਕੁਛ ਜਿਹੜੇ ਬੇਲਰ ਜਿਹਨੂੰ ਆਪਾਂ ਕਹਿੰਦੇ ਹਾਂ ਗੰਢਾਂ ਬਣਾ ਕੇ ਜਿਹੜੀਆਂ ਪਰਾਲੀ ਦੀਆਂ ਬਾਹਰ ਜਾਂ ਕਿਸੇ ਕੰਪਨੀ ਨੂੰ ਵੇਚਣੀਆਂ ਜਾਂ ਕਿਸੇ ਫੈਕਟਰੀ ਨੂੰ ਵੇਚੀਆਂ, ਉਹਦੇ ਥਰੂ ਵੀ ਜਿਹੜੀ ਮੇਰੇ ਸਿੱਟੇ ਵਜੋਂ ਅਸੀਂ ਸਰਪੱਖੀ ਅਪਰੋਚ ਅਪਣਾ ਕੇ ਜਿਹੜੀ ਪਰਾਲੀ ਦੀ ਸਾਂਭ ਸੰਭਾਲ ਕਰ ਰਹੇ ਹਾਂ। ਅਤੇ ਅੱਜ ਅਸੀਂ ਬਹੁਤ ਵਧੀਆ ਢੰਗ ਨਾਲ ਇਹ ਜਿਹੜੀ ਇਹ ਬਿਜਾਈ ਕੀਤੀ ਹੈ। ਬਿਜਾਈ ਕਰਨ ਉਪਰੰਤ ਜਿਹੜੇ ਅਸੀਂ ਜਿੰਨੇ ਵੀ ਕਿਸਾਨ ਸਾਡੇ ਬਲੋਕ ਦੇ ਜਾਂ ਜ਼ਿਲ੍ਹੇ ਦੇ ਹੈ ਉਹਦੇ ਵਿੱਚ ਅਸੀਂ ਇਕੱਲੇ ਇਕੱਲੇ ਪਿੰਡ 'ਚ ਜਾ ਕੇ ਨੁੱਕਰ ਮੀਟਿੰਗਾਂ ਕਰਕੇ ਛੋਟੇ ਛੋਟੇ ਕੈਂਪ ਲਗਾ ਕੇ ਕਿਸਾਨਾਂ ਨੂੰ ਅਸੀਂ ਟ੍ਰੇਨਿੰਗ ਦਿੱਤੀ ਹੈ। ਅਤੇ ਉਹ ਟ੍ਰੇਨਿੰਗ ਦੇ ਸਦਕੇ ਕਿਸਾਨ ਔੜ ਬਲੋਕ ਦੇ ਕਿਸਾਨਾਂ ਨਾਲ ਤਾਂ ਇੰਨਾ ਸਾਡਾ ਮਾਣ ਰੱਖਿਆ ਅਤੇ ਇੰਨਾ ਉਹਨਾਂ ਨੇ ਸਾਡੀ ਟੈਕਨੋਲੋਜੀ ਨੂੰ ਅਪਣਾਇਆ। ਲਗਭਗ 95% ਤੋਂ ਉੱਤੇ ਕਿਸਾਨਾਂ ਨੇ ਜਿਹੜੇ ਇਹ ਜਿਹੜੀ ਸਾਡੀ ਟੈਕਨੋਲੋਜੀ ਅਪਣਾ ਲਈ ਹੈ। 1-2% ਜਾਂ 4% ਜਿਹੜੇ ਕਿਸਾਨ ਹੈ ਉਹ ਥੋੜ੍ਹੇ ਕਈ ਵਾਰੀ ਕੋਈ ਛੋਟਾ ਕਿਸਾਨ ਹੈ ਜਾਂ ਉਹਦੇ ਕੋਲ ਕੋਈ ਸਾਧਨ ਨਹੀਂ ਹੁੰਦਾ, ਉਹਦੇ ਕਰਕੇ ਥੋੜ੍ਹੀ ਕਿਤੇ ਮੁਸ਼ਕਲ ਆਈ। ਅਦਰਵਾਈਜ਼ ਅਸੀਂ ਲਗਭਗ ਸਿਰੇ 'ਤੇ ਪੁੱਜ ਗਏ ਹਾਂ। ਅਤੇ ਇਹਦਾ ਰਿਜ਼ਲਟ ਇਹੀ ਹੋਇਆ ਵੀ ਸਾਡੇ ਜਿਹੜੇ ਕਿਸਾਨ ਹੈ ਸਾਡੀਆਂ ਗੱਲਾਂ ਮੰਨ ਲੈਂਦੇ ਨੇ, ਅਤੇ ਨਾਲ ਜਿਹੜੀ ਸਾਡੀ ਔੜ ਬਲੋਕ ਦੀ ਟੀਮ ਹੈ ਡਾਕਟਰ ਲੇਖਰਾਜ ਦੀ ਅਗਵਾਈ ਦੇ ਵਿੱਚ ਉਹ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ। ਅਤੇ ਇਹਦੇ ਨਾਲ ਇਹ ਫਰਕ ਪੈਂਦਾ ਵੀ ਕਿਉਂਕਿ ਤੁਸੀਂ ਆਪ ਜਾਣਦੇ ਹੋ 6-7 ਮਹੀਨੇ ਤੋਂ ਜਿਹੜੀ ਹੈ ਪਿਛਲੇ ਸਾਲ ਜਿਹੜੀਆਂ ਸਾਡੀਆਂ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਸੀ ਉਹ PRSC ਜਿਹੜਾ ਲੁਧਿਆਣਾ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣੇ ਤੋਂ ਇਹ ਆਉਂਦੀਆਂ ਨੇ ਸੈਟੇਲਾਈਟ ਦੇ ਥਰੂ। ਪਿਛਲੇ ਸਾਲ ਸਾਡੇ ਕੋਲ 272 ਜਿਹੜੀਆਂ ਸਾਈਟਾਂ ਆਈਆਂ ਸੀਗੀਆਂ, ਅਤੇ ਇਸ ਵਾਰ ਜਿਹੜੀਆਂ ਸਾਡੀਆਂ ਅੱਜ ਤੱਕ ਜਿਹੜੀਆਂ 140 ਜਿਹੜੀਆਂ ਆਈਆਂ, ਜਾਣੀ ਇਹਦਾ ਮਤਲਬ ਅਸੀਂ ਅੱਧ 'ਚ ਬੈਠੇ ਹਾਂ। ਅਤੇ ਜਿੱਥੋਂ ਤੱਕ ਅਸੀਂ ਔੜ ਦੀ ਗੱਲ ਕਰੀਏ, ਪਿਛਲੇ ਸਾਲ ਔੜ ਦੇ ਵਿੱਚ 60 ਦੇ ਲਗਭਗ ਜਿਹੜੀਆਂ ਸਾਈਟਸ ਆਈਆਂ ਸੀਗੀਆਂ, ਅਤੇ ਇਸ ਵਾਰੀ ਜਿਹੜੀਆਂ ਇਹਨਾਂ ਦੀਆਂ ਮੇਰੇ ਖਿਆਲ 'ਚ 18 ਤੋਂ ਵੀ ਘੱਟ ਨੇ ਜਿਹੜੀਆਂ ਸਾਡੀਆਂ ਸਾਈਟਾਂ ਆਈਆਂ ਨੇ। ਉਹਦਾ ਰਿਜ਼ਲਟ ਇਹ ਹੈ ਵੀ ਜਿਹੜੀ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ, ਅਤੇ ਜਿਹੜੇ ਸਾਡੇ ਕਿਸਾਨ ਇਸ ਬਲੋਕ ਦੇ ਇੰਨੇ ਸਿਆਣੇ ਨੇ ਵੀ ਸਾਡੀ ਜਿਹੜੀ ਇਹ ਟੈਕਨੋਲੋਜੀ ਹੈ ਪਰਾਲੀ ਨੂੰ ਜ਼ਮੀਨ ਦੇ ਵਿੱਚ ਹੀ ਰਲਾ ਕੇ ਉਹ ਸਾਡੀ ਉਹਨਾਂ ਨੇ ਮੰਨੀ ਹੈ ਗੱਲ, ਉਹਦਾ ਸਾਰਾ ਸਿਰਾ ਜਿਹੜਾ ਸਾਡੇ ਕਿਸਾਨਾਂ ਨੂੰ ਜਾਂਦਾ ਜਾਂ ਸਾਡੇ ਜਿਹੜੀ ਬਲੋਕ ਔੜ ਦੀ ਟੀਮ ਆ। ਮੇਰਾ ਨਾਮ ਡਾਕਟਰ ਲੇਖਰਾਜ, ਖੇਤੀਬਾੜੀ ਵਿਕਾਸ ਅਫਸਰ ਔੜ। ਅਸੀਂ ਅੱਜ ਸ਼ਾਮ ਸਿੰਘ ਦੇ ਖੇਤਾਂ ਦੇ ਵਿੱਚ ਸੁਪਰ ਸੀਡਰ ਨਾਲ ਕਣਕ ਦੀ ਜਿਹੜੀ ਬਿਜਾਈ ਆ ਉਹ ਕਰ ਰਹੇ ਹਾਂ। ਇਸ ਦੇ ਨਾਲ ਸਾਨੂੰ ਜਿਹੜੀ ਆ ਬਿਲਕੁਲ ਵੀ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ। ਅਤੇ ਜਿਸ ਤਰ੍ਹਾਂ ਪਹਿਲਾਂ ਸਾਨੂੰ ਸਾਂਭ ਸੰਭਾਲ ਦੇ ਵਿੱਚ ਜਾਂ ਵਿੱਚ ਬਣ ਦੇ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਪਰਾਲ ਜ਼ਿਆਦਾ ਹੁੰਦਾ ਸੀ, ਹੁਣ ਇਹ ਜਿਹੜੀ ਮਸ਼ੀਨ ਸੁਪਰ ਸੀਡਰ ਆਈ ਆ ਇਹ ਬਿਲਕੁਲ ਉਹਨਾਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਕੱਢ ਦਿੱਤਾ ਹੈਗਾ। ਅਤੇ ਸਾਡੇ ਬਲਾਕ ਦੇ ਵਿੱਚ ਲਗਭਗ 100 ਤੋਂ ਵੱਧ ਜਿਹੜੇ ਅਸੀਂ ਮਹਿਕਮੇ ਵੱਲੋਂ ਜ਼ਿਮੀਂਦਾਰਾਂ ਨੂੰ ਸਬਸਿਡੀ ਦਿੱਤੇ ਆ, ਅਤੇ ਅੱਗ ਦਾ ਵੀ ਜਿਹੜਾ ਸਾਡੇ ਰੁਝਾਨ ਆ ਉਹ ਬਿਲਕੁਲ ਲਗਭਗ ਖਤਮ ਹੀ ਹੋ ਚੁੱਕਾ ਹੈਗਾ। ਅਤੇ ਇਹਦੇ ਲਈ ਅਸੀਂ ਸਾਰੇ ਜ਼ਿਮੀਂਦਾਰਾਂ ਦਾ ਅਤੇ ਵਿਭਾਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹਨਾਂ ਸਾਰਿਆਂ ਨੇ ਇਸ ਕੰਮ ਨੂੰ ਨੇਪਰੇ ਚਾਹਣ ਲਈ ਕੋਰੋਨਾ ਦੀ ਮਹਾਂਮਾਰੀ ਤੋਂ ਬਚਣ ਲਈ ਸਾਡਾ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ। ਸ੍ਰੀ ਵਾਹਿਗੁਰੂ ਕਾ ਖਾਲਸਾ, ਸ੍ਰੀ ਵਾਹਿਗੁਰੂ ਕੀ ਫਤਿਹ। ਆ ਜੋ ਵੀ ਗਵਰਨਮੈਂਟ ਨੇ ਸਬਸਿਡੀ 'ਤੇ ਆ ਚਲਾਇਆ ਇਹ ਹੈਗਾ ਵਧੀਆ, ਹਰੇਕ ਜ਼ਿਮੀਂਦਾਰ ਲਈ ਵਧੀਆ, ਪਰ ਹਰੇਕ ਜ਼ਿਮੀਂਦਾਰ ਇਹ ਲੈ ਨਹੀਂ ਸਕਦਾ। ਛੋਟੇ ਜ਼ਿਮੀਂਦਾਰ ਦਾ ਗੌਰਮੈਂਟ ਨੂੰ ਕੋਈ ਨਾ ਕੁਛ ਸੋਚਣਾ ਚਾਹੀਦਾ। ਨਾ ਤਾਂ ਕੋਈ ਐਡਾ ਵੱਡਾ ਟਰੈਕਟਰ ਲੈ ਸਕਦਾ, ਨਾ ਇਹ ਮਸ਼ੀਨਰੀ ਲੈ ਸਕਦਾ।
सिर्फ इन्ना ही है भाई छोटा जिमीदार ये कामयाब नहीं हो सकता वह थले लगेगा जोड़ा व्डा जिमीदार आके अपनी कामयाबी कर सकता सबसिडी जोड़े दिखती है गौरमेंट वो बहुत वधिया आ जोड़े छोटे जिमीदार सबसिडी ज़्यादा दो।